ਤੁਸੀਂ ਸਾਡਾ ਰੋਕਿਆ ਹੈ, ਆ ਟੋਪੀ ਵਾਲੇ ਦੇ ਮਗਰ ਲੱਗ ਗਏ ਸਾਡੀ ਵਧੀਆ ਸਪੀਡ ਨਾਲ ਗੱਡੀ ਚੱਲ ਪਈ ਸੀ, ਬ੍ਰੇਕਾਂ ਲਾ ਦੀਆਂ ਤੁਸੀਂ ਸਾਰੀ। ਹੁਣ ਐਲਾਨ ਕਰਤਾ ਜਦੋਂ ਮੁੱਖ ਮੰਤਰੀ ਗਿਆ ਕਿ ਅਗਲਾ ਇਲੈਕਸ਼ਨ ਮੈਂ ਲੜਨਾ ਹੀ ਨਹੀਂ, ਮਤਲਬ ਤੁਸੀਂ ਮੇਰਾ ਕੋਈ ਵਿਗਾੜ ਵੀ ਨਹੀਂ ਸਕਦੇ, ਹੁਣ ਮੈਂ ਤਾਂ ਧੱਕੀ ਮਾਰ ਲਈ। ਮੈਂ ਕਿਹਾ ਹਰ ਵਾਰ ਆਪਾਂ ਗਰਾਂਟ ਦਿੰਦੇ ਨੇ ਗਲੀਆਂ ਨਾਲੀਆਂ ਦੀ, ਉਹ ਗਲੀਆਂ ਨਾਲੀਆਂ ਅੱਜ ਤੱਕ ਨਹੀਂ ਬਣੀਆਂ, ਮਤਲਬ ਦੇਸ਼ ਤੋਂ ਆਜ਼ਾਦ ਹੋਏ। ਛੋਟੇ ਪਿੰਡ ਸਰਕਾਰ ਬਣਾ ਕੇ ਮੈਂ ਟਰੈਕਟਰ ਟਰਾਲੀ ਲੱਦ ਕੇ ਲਿਆਊਂਗਾ ਨੋਟਾਂ ਦੀ, ਲਾ ਲਿਓ ਜਿੰਨੀਆਂ ਬੋਰੀਆਂ ਲੱਗੇ ਦੇਖ ਲਾ ਲਿਓ। ਤੁਸੀਂ ਆਪ ਦੇਖਿਆ ਕਿ ਅਸੀਂ ਸੇਵਾ ਕੀਤੀ ਜਿਵੇਂ ਘਰੇ ਸੇਵਾ ਕਰੀ। ਤੁਸੀਂ ਦੇਖੋ ਕਈ ਚੀਜ਼ਾਂ ਤੁਸੀਂ ਮੰਗੀਆਂ ਵੀ ਨਹੀਂ ਹੋਣੀਆਂ ਜਿਹੜੀਆਂ ਅਸੀਂ ਚੀਜ਼ਾਂ ਲੈ ਕੇ ਆਏ ਹਾਂ। ਬਲ ਮਿਲਿਆ ਤੇ ਮੈਨੂੰ ਪੂਰੀ ਆਸ ਹੈ ਇਹਨਾਂ ਦੇ ਆਉਣ ਨਾਲ, ਇਹਨਾਂ ਦੀ ਟੀਮ ਦੇ ਆਉਣ ਨਾਲ ਆਪਣੇ ਜਿਹੜੇ ਇਸ ਇਲਾਕੇ 'ਚ ਬਹੁਤ ਵੱਡੀ ਲੀਡ 'ਤੇ ਕਾਂਗਰਸ ਨੂੰ ਹਰਾਵਾਂਗੇ। ਆਪਣੇ ਆਪਣੇ ਹੀ ਹੁੰਦੇ, ਤੁਸੀਂ ਦੇਖ ਲਓ ਬਾਦਲ ਪਿੰਡ ਇੱਥੋਂ 40 ਮਿੰਟ ਦਾ ਰਾਹ ਹੈ। ਜੋ ਕੰਮ ਜੋ ਤੁਹਾਡੀ ਤਕਲੀਫ ਹੋਏ ਜੋ 40 ਮਿੰਟਾਂ 'ਚ ਹੱਲ ਹੋ ਸਕਦੀ ਹੈ, ਇੱਥੋਂ ਪਟਿਆਲੇ ਜਾ ਕੇ ਨਹੀਂ ਹੋ ਸਕਦੀ, ਜਾਂ ਕਿਤੇ ਪੰਜਾਬ 'ਚ ਕਿਤੇ ਹੋਰ ਜਾ ਕੇ ਨਹੀਂ ਹੋ ਸਕਦਾ। ਤੁਸੀਂ ਆਪ ਦੇਖਿਆ ਕਿ ਅਸੀਂ ਸੇਵਾ ਕੀਤੀ ਜਿਵੇਂ ਘਰੇ ਸੇਵਾ ਕਰੀ ਦੀ ਹੈ। ਤੁਸੀਂ ਦੇਖੋ ਕਈ ਚੀਜ਼ਾਂ ਤੁਸੀਂ ਮੰਗੀਆਂ ਵੀ ਨਹੀਂ ਹੋਣੀਆਂ ਜਿਹੜੀਆਂ ਅਸੀਂ ਚੀਜ਼ਾਂ ਲੈ ਕੇ ਆਏ ਹਾਂ। ਆਹ ਦਿਲੋਂ ਸ਼ੌਕ ਹੈ, ਦਿਲੋਂ ਦਿਲੋਂ ਸੇਵਾ ਕਰਨ ਦਾ ਸ਼ੌਕ ਹੈ, ਦਿਲੋਂ ਇਸ ਇਲਾਕੇ ਨੂੰ ਤਰੱਕੀ ਕਰਾਉਣ ਦਾ। ਤੁਸੀਂ ਬਠਿੰਡੇ ਵਾਲਾ ਸਾਰਾ ਇਲਾਕਾ ਸਭ ਤੋਂ ਪਿਛੜੇ ਹੋਏ ਪੰਜਾਬ 'ਚ ਕਿਹਾ ਜਾਂਦਾ ਸੀ, ਅੱਜ ਲੁਧਿਆਣੇ ਚਲੇ ਜਾਓ ਤਾਂ ਤੁਹਾਨੂੰ ਐਂ ਲੱਗਦਾ ਕਿ ਬਠਿੰਡਾ ਬੈਟਰ ਹੈ, ਸੋਹਣਾ ਲੱਗਦਾ ਲੁਧਿਆਣੇ ਨਾਲੋਂ। ਪਛਾਣ ਸਕਦੇ ਹੋ ਬਠਿੰਡੇ ਨੂੰ 7 ਸਾਲ ਪਹਿਲੇ ਕੀ ਬਠਿੰਡਾ ਇੱਥੇ ਸ਼ਹਿਰ, ਹੁਣ ਦੇਖੋ ਕਿਹੋ ਜਿਹਾ ਸ਼ਹਿਰ ਬਣ ਗਿਆ, ਕਿਹੋ ਜਿਹਾ ਇਲਾਕੇ ਤਰੱਕੀ ਆ ਗਈ। ਕੋਈ ਸੋਚ ਨਹੀਂ ਸਕਦਾ ਸੀ ਹਵਾਈ ਅੱਡਾ ਇੱਥੋਂ ਹੀ ਹਵਾਈ ਜਹਾਜ਼ ਚੱਲਿਆ ਕਰਨਗੇ, ਕੋਈ ਸੋਚ ਨਹੀਂ ਸਕਦਾ ਸੀ ਇੱਥੋਂ ਸ਼ਤਾਬਦੀ ਨਾਲ ਪੂਰਾ ਦੇਸ਼ ਨਾਲ ਜੋੜਿਆ ਜਾਊਗਾ, ਕੋਈ ਸੋਚ ਨਹੀਂ ਸਕਦਾ ਸੀ। ਯਾਦ ਕਰੋ ਜਦੋਂ ਇੱਥੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਂਦੇ ਡਰ ਲੱਗਦਾ ਸੀ ਕਿਤੇ ਨਾ ਕਿਤੇ ਐਕਸੀਡੈਂਟ ਨਾ ਹੋ ਜਾਏ, ਕਈ ਹਜ਼ਾਰ ਮੌਤਾਂ ਹੋਈਆਂ, ਸਿੰਗਲ ਸੜਕ ਹੁੰਦੀ ਸੀ। ਅੱਜ ਅੱਖਾਂ ਮੀਚ ਕੇ ਤੁਸੀਂ ਜਾਓ 2.25 ਘੰਟੇ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾ ਸਕਦੇ ਹੋ। ਇਹ ਜੀ ਵਧੀਆ ਸੜਕਾਂ ਚਾਰੋਂ ਤਰਫ ਬਣਾ ਦਿੱਤੀਆਂ, ਹਰ ਗਰੀਬ ਨੂੰ, ਹਰ ਕਿਸਾਨ ਨੂੰ, ਹਰ ਮਜ਼ਦੂਰ ਨੂੰ ਹਰ ਤਕਲੀਫ ਦੂਰ ਕੀਤੀ। ਮੈਨੂੰ ਯਾਦ ਹੈ ਮੈਂ ਕੋਟ ਸ਼ਮੀਰ ਆਇਆ ਸੀ ਤੇ ਇਹਨਾਂ ਨੇ ਕੋਈ ਗ੍ਰਾਂਟ ਗਰੁੰਡ ਦੀ ਗੱਲ ਕੀਤੀ ਤੇ ਮੈਂ ਕਿਹਾ ਯਾਰ ਟੋਟਲ ਪਿੰਡ ਕਿੱਡਾ ਗਿਆ, ਕਹਿੰਦੇ 8000 ਕੁਛ ਵੋਟਦਾ ਹੈ। ਮੈਂ ਅਫਸਰਾਂ ਨੂੰ ਬੁਲਾਇਆ, ਮੈਂ ਕਿਹਾ ਯਾਰ ਕਿੰਨਾ ਪੈਸਾ ਲੱਗੂ, ਕਿਹਾ ਬਿਮਾਰੀ ਗ੍ਰਾਂਟ ਦੀ ਕੱਢ ਦਿਓ। ਮੈਂ ਕਿਹਾ ਹਰ ਵਾਰ ਆਪਾਂ ਗ੍ਰਾਂਟ ਦਿੰਦੇ ਨੇ ਗਲੀਆਂ ਨਾਲੀਆਂ ਦੀਆਂ, ਉਹ ਗਲੀਆਂ ਨਾਲੀਆਂ ਅੱਜ ਤੱਕ ਨਹੀਂ ਬਣੀਆਂ, ਮਤਲਬ ਦੇਸ਼ ਨੂੰ ਆਜ਼ਾਦ ਹੋਏ ਨੂੰ ਹੋਵੇ। ਹਰ ਵਾਰ ਗਲੀ ਨਾਲੀ ਨਹੀਂ, 5 ਲੱਖ, 10 ਲੱਖ, 20 ਲੱਖ ਬਣ ਜਾਂਦੇ ਆ, ਹਰ ਦੂਜੇ ਸਾਲ ਫਿਰ ਤੋਂ ਚੱਲ ਪੈਂਦਾ। ਮੈਂ ਕਿਹਾ ਦੱਸੋ ਗਲੀਆਂ ਵਧੀਆ ਸੀਮੈਂਟ ਦੀਆਂ ਇਸ ਤੋਂ 9 12 15 ਕਰੋੜ ਪਹਿਲਾਂ ਕਿੰਨੇ 14 ਕਰੋੜ ਸਿੱਧਾ ਪਹਿਲੀ ਗੱਲ ਹੈ ਚੱਕੋ ਚੱਕ। ਤੁਸੀਂ ਦੇਖ ਲਓ, ਮੈਂ ਤੈਨੂੰ ਅੱਜ ਗਰੰਟੀ ਦਿੰਦਾ ਪਰਮਾਤਮਾ ਮੇਹਰ ਕਰੇ 2.5 ਸਾਲ ਸਰਕਾਰ ਬਣ ਜੂਗੀ, ਜਿੰਨੇ 12,000 ਪਿੰਡ ਹੈ ਪੰਜਾਬ ਦੇ ਸਾਰਿਆਂ ਵਿੱਚ ਸ਼ਹਿਰ ਵਾਂਗੂ ਸੀਵਰੇਜ ਹੋਊਗਾ, ਸੀਮਨ ਦੀਆਂ ਗਲੀਆਂ ਹੋਣਗੀਆਂ, ਸਟਰੀਟ ਲਾਈਟਾਂ ਹੋਣਗੀਆਂ ਤੇ ਅੰਡਰਗਰਾਊਂਡ ਪਾਣੀ ਦੀ ਪਾਈਪ ਹੋਊਗੀ, ਜਿਵੇਂ ਸ਼ਹਿਰ ਹੈ ਉਵੇਂ 12,000 ਤੇ 12,000 ਪਿੰਡ ਮੈਂ ਨੱਕੀ ਬਣਾ ਦਿੰਦੇ ਹਾਂ। ਕੋਈ ਔਖਾ ਕੰਮ ਨਹੀਂ ਹੈ, ਇਰਾਦਾ ਚਾਹੀਦਾ, ਕੰਮ ਕਰਨ ਦਾ ਤਰੀਕਾ ਚਾਹੀਦਾ। ਆਹ ਬਿਜਲੀ ਦੇ ਥਰਮਲ ਪਲਾਂਟ ਦੇਖੋ ਕਿੰਨੇ ਕਿੰਨੇ ਕੱਟ ਲੱਗਦੇ ਹੁੰਦੇ ਸੀ, 5-5, 6-6 ਘੰਟੇ ਕੱਟ। ਜਦੋਂ ਮੈਂ ਕਿਹਾ ਬਿਜਲੀ ਆਮ ਆਮ ਕਰ ਦੋ, ਕਹਿੰਦੇ ਕਿਵੇਂ ਹੋਊਗੀ, ਐਵੇਂ ਕਹਿੰਦੇ ਆ ਜੀ। ਲਾ ਤੇ ਥਰਮਲ ਮਿੰਟਾਂ ਦੇ ਮਿੰਟਾਂ 'ਚ ਅੱਜ ਦੇਖੋ ਬਿਜਲੀ ਆਮ ਆਮ ਹੈ। ਅੱਜ ਦੀ ਤਰੀਕ 'ਚ ਜਿਹੜੇ ਕੱਟ ਲੱਗਦੇ ਆ, ਕੱਟ ਤਾਂ ਦੱਸਾਂ ਕਿਉਂ ਬਾਹਰ ਵੇਚੀ ਜਾਂਦੇ ਆ, ਪੈਸੇ ਕਮਾਉਣ ਤੇ ਲੱਗੇ ਬਿਜਲੀ ਦੇ। ਕਹਿੰਦੇ ਕੋਈ ਗੱਲ ਨਹੀਂ, ਪੰਜਾਬ ਦੇ ਲੋਕਾਂ ਨੂੰ ਘੱਟ 2-4 ਘੰਟੇ ਕੋਈ ਫਰਕ ਨਹੀਂ ਪੈਂਦਾ, ਬਾਹਰ ਵੇਚ ਕੇ ਪੈਸੇ ਕਮਾਓ। ਆਹ ਹਾਲਾਤ ਇਹਨਾਂ ਦੇ। ਤੋ ਇਸ ਕਰਕੇ ਆਹ ਜਿਹੜਾ ਇਲੈਕਸ਼ਨ ਹੈ ਬੜਾ ਅਹਿਮ ਇਲੈਕਸ਼ਨ ਹੈ। ਦੇਖੋ ਇੱਕ ਇੱਕ ਇਨਸਾਨ, ਇੱਕ ਪਾਰਟੀ ਜਿਹੜੀ ਤੁਹਾਡੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਪਿਛੋਕੜ ਜਾਣਦੇ ਹੋ। ਬਾਦਲ ਸਾਹਿਬ ਜੋ ਜ਼ਬਾਨ ਕਰਜ਼ਾ ਨੂੰ ਪੂਰੀ ਕਰਦੇ ਆ, ਭਾਵੇਂ ਸਿਰ ਵੱਢਿਆ ਜਾਏ। ਨਾ ਅਸੀਂ ਕਿਤੇ ਲਾਰਾ ਲਾਇਆ, ਨਾ ਡਰਾਮਾ ਕੀਤਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੈ, ਦੇਖੋ ਜੇ ਤੁਸੀਂ ਉਹ
ਵੀਡੀਓ ਦੇਖੋ, ਸ਼ਾਇਦ ਟੀਵੀ ਤੇ ਮੈਂ ਆ ਰਿਹਾ ਸੀ ਦੇਖ ਰਿਹਾ ਸੀ, ਕੈਪਟਨ ਸਾਹਿਬ ਨੇ ਕੀ ਕਿਹਾ ਸੀ ਇੱਥੇ ਬਠਿੰਡੇ, ਗੁਟਕਾ ਸਾਹਿਬ ਤੇ ਹੱਥ ਰੱਖ ਕੇ ਆਪਣੇ ਮੱਥੇ ਨਾਲ ਸੀਸ ਨਾਲ ਲਾ ਕੇ ਕਿਹਾ ਸੀ ਕਿ ਮੈਂ ਗੁਟਕਾ ਸਾਹਿਬ ਦੀ ਸਹੁੰ ਖਾਂਦਾ, ਤਖ਼ਤ ਸ੍ਰੀ ਦਮਦਮਾ ਸਾਹਿਬ ਤਰਫ ਹੱਥ ਕਰਕੇ ਹੱਥ ਕੀਤਾ, ਕਹਿੰਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਕਰਕੇ ਹੱਥ ਕਰਦਾ, ਤੇ ਤੀਜੀ ਗੱਲ ਕੀ ਕੀ ਉਹਨਾਂ ਨੇ ਕਿ ਮੈਂ ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਸਹੁੰ ਖਾਂਦਾ, ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਸਹੁੰ ਖਾਂਦਾ, ਤੇ ਚਰਨਾਂ ਦੀ ਸਹੁੰ ਖਾ ਕੇ ਮੁੱਕਰ ਜੇ, ਇਹ ਤੋਂ ਘਟੀਆ ਇਨਸਾਨ ਕੌਣ ਹੋ ਸਕਦਾ? ਜਿਹੜਾ ਬੰਦਾ ਗੁਰੂ ਆਪਣੇ ਗੁਰੂ ਸਾਹਿਬਾਨ ਨੂੰ ਨਹੀਂ ਬਖਸ਼ ਸਕਦਾ, ਉਹਨਾਂ ਦੀ ਝੂਠੀ ਸਹੁੰ ਖਾ ਸਕਦਾ, ਤੇ ਉਹ ਤੁਹਾਡਾ ਆਪਾਂ ਕੀ ਚੀਜ਼? ਆਪਾਂ ਤਾਂ ਕੁਛ ਵੀ ਨਹੀਂ। ਗੱਲ ਵਧੀਆ, ਉਹਨੇ ਤਾਂ ਉਹਨੇ ਤਾਂ ਠੱਗੀ ਮਾਰਨੀ ਸੀ, ਠੱਗੀ ਮਾਰ ਲਈ ਉਹਨੇ ਤਾਂ ਠੱਗੀ ਮਾਰ ਕੇ, ਉਹਨੂੰ ਪਤਾ ਸੀ ਕਿ ਜੇ ਨਾ ਇਹ ਝੂਠੀ ਸਹੁੰ ਖਾਊਂਗਾ ਤਾਂ ਸਰਕਾਰ ਫਿਰ ਤੋਂ ਬਾਦਲ ਸਾਹਿਬ ਦੀ ਬਣ ਜਾਣੀ ਹੈ। ਪਰ ਉਹਨਾਂ ਨੇ ਝੂਠ ਵੇਜਾ ਬੋਲਿਆ, ਸਰਕਾਰ ਬਣਾ ਲਈ, ਤੇ ਇੱਕ ਹਫ਼ਤੇ ਬਾਅਦ ਉਹਨੇ ਐਲਾਨ ਕਰਤਾ ਜਦੋਂ ਮੁੱਖ ਮੰਤਰੀ ਗਏ ਕਿ ਅਗਲਾ ਇਲੈਕਸ਼ਨ ਮੈਂ ਲੜਨਾ ਹੀ ਨਹੀਂ, ਮਤਲਬ ਤੁਸੀਂ ਮੇਰਾ ਕੁਝ ਵਿਗਾੜ ਵੀ ਨਹੀਂ ਸਕਦੇ, ਹੁਣ ਮੈਂ ਤਾਂ ਠੱਗੀ ਮਾਰ ਲਈ ਹੁਣ। ਪਰ ਉਹਨੂੰ ਪਤਾ ਨਹੀਂ ਇੱਕ ਮੌਕਾ ਆਪਣੇ ਕੋਲ ਆਊਗਾ ਉਹਨੂੰ ਸਬਕ ਸਿਖਾਉਣ ਦਾ ਪਾਰਲੀਮੈਂਟ ਦਾ। ਮੈਂ ਕਹਿੰਦਾ 13 ਦੀਆਂ 13 ਸੀਟਾਂ ਜਿਤਾ ਦਿਓ, ਉਹ ਅਗਲੇ ਦਿਨ ਮੁੱਖ ਮੰਤਰੀ ਨਹੀਂ ਰਹਿੰਦਾ, ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ। ਦੇਖੋ 2.5 ਸਾਲ ਤਾਂ ਟੱਪ ਗਏ, ਤੁਸੀਂ ਸੀਟਾਂ ਜਿਤਾ ਦਿਓ 29 ਤਰੀਕ ਨੂੰ, ਆਪਣੇ 23 ਨੂੰ ਰਿਜ਼ਲਟ ਆਉਣਾ ਅਗਲੇ ਮਹੀਨੇ ਦੇ, ਉਸੇ ਦਿਨ ਤੋਂ ਤੁਹਾਡੀ ਸਰਕਾਰ ਚੱਲ ਪਊ। ਕਿਸੇ ਅਫਸਰ ਦੀ ਹਿੰਮਤ ਨਹੀਂ ਹੋਊਗੀ ਤੁਹਾਡਾ ਪੰਗਾ ਲੈਣ ਦੀ। ਜਿਹੜੇ ਥੋੜੇ ਮੋਟੇ ਕਾਂਗਰਸੀ ਟਕੂਸੀਆਂ ਜੀ ਮਰੀ ਜਾਂਦੇ, ਸਾਰੇ ਖੁੱਡਾਂ ਚ ਵੜ ਜਾਂਦੇ। ਅੱਜ ਇਹ ਝੂਠੇ ਝੂਠੇ ਕੇਸ ਅਫਸਰ ਕਰੀ ਜਾਂਦੇ ਨਾ, ਕਿਸੇ ਦੀ ਹਿੰਮਤ ਨਹੀਂ ਹੋਊਗੀ, ਉਹਨੂੰ ਪਤਾ ਕਿ ਆ ਗਏ ਆ ਗਏ ਆ ਗਏ। ਤੇ ਮੈਂ ਦਿਲੋਂ ਜੀ ਆਇਆਂ ਕਹਿਣਾ ਚਹਿਲ ਸਾਹਿਬ ਨੂੰ, ਇਹਨਾਂ ਦੇ ਸਾਰੇ ਪਰਿਵਾਰ ਨੂੰ, ਇਹਨਾਂ ਦੀ ਸਾਰੀ ਟੀਮ ਨੂੰ, ਤੇ ਪੂਰਾ ਵਿਸ਼ਵਾਸ ਦੇਣਾ ਚਹਿਲ ਸਾਹਿਬ ਜੀ, ਅਗਲੀ ਵਾਰ ਆਵਾਂਗੇ ਨਾ ਤੁਹਾਡੇ ਪਿੰਡ ਸਰਕਾਰ ਬਣਾ ਕੇ, ਮੈਂ ਟਰੈਕਟਰ ਟਰਾਲੀ ਲੱਦ ਕੇ ਲਿਆਊਂਗਾ, ਨੋਟਾਂ ਦੀ ਲਾ ਲਿਓ ਜਿੰਨੀਆਂ ਬੋਰੀਆਂ ਲੈਣੀਆਂ ਦੇਖ ਲਾ ਲਿਓ। ਨਾਲੇ ਤੁਸੀਂ ਗੱਲ ਸਮਝੇ, ਘਰ ਦਾ ਲੱਕ ਹੈ, ਤੁਹਾਡੀ ਸਰਕਾਰ ਹੈ, ਅੱਗੇ ਕਿਹੜਾ ਸੀ? ਹੁਣ ਜਿਹੜੀਆਂ ਗਰੰਟਾਂ ਆਉਂਦੀਆਂ, ਹੁਣ ਦੱਸਾਂ ਕੀ ਆਉਂਦੀਆਂ ਪਿੰਡਾਂ ਚ ਗਰੰਟ ਕਰ ਦਿੰਦੀਆਂ? 50,000, 55,000, 1,00,000 ਅਸੀਂ ਦਿੰਦੇ ਸੀ, 1,00,000, 2,00,000, 3,00,000, 16,00,000। ਇਹਨਾਂ ਨੇ, ਮੈਂ ਤੁਹਾਨੂੰ ਹੋਰ ਦੱਸਾਂ, ਮੈਂ ਤਾਂ ਕਿਹਾ ਸਾਰੇ ਪਿੰਡਾਂ ਜਿੰਨੇ ਆਪਣੇ ਸਰਪੰਚ ਬਣੇ ਆ, ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ, ਇਹਨਾਂ ਤੋਂ ਲਿਆਉਣਾ ਗਰਾਂਟ ਯਾਰ, ਸੌ ਖਾਲ ਅਸੀਂ 2 ਸਾਲ ਲੈਂਦੇ ਨੀ ਗਰਾਂਟ, ਕੀ ਵੱਧ ਤੋਂ ਵੱਧ ਕੀ ਦੇ ਦਿੰਦੇ ਤੁਹਾਨੂੰ? 2,00,000, 4,00,000, 2 ਸਾਲਾਂ 'ਚ 5,00,000 ਦੇ ਦੇਣਗੇ। ਮੈਂ ਕਹਿੰਦਾ 1,00,000,000 ਰੁਪਏ ਦੀ ਬੋਰੀਆਂ ਸੁੱਟੂਗਾ ਤੁਹਾਡੇ ਕੋਲੇ, ਇਹਨਾਂ ਤੋਂ ਲੈਣ ਦੀ ਲੋੜ ਹੀ ਨਹੀਂ, ਕਿ 2 ਸਾਲ ਕਿਹੜਾ ਪਕੜ ਕੋਈ ਇਹਨਾਂ 'ਚ ਮੈਂ ਕਿਹਾ ਰਹਿ ਸਕਦੇ ਇਹਨਾਂ ਦੀ ਗਰੰਟਾਂ 'ਤੇ? ਕੋਈ ਫਰਕ ਨਹੀਂ ਪੈਂਦਾ, ਇਹਨਾਂ ਨੇ ਲੈਣਾ ਹੀ ਨਹੀਂ। ਆਪਾਂ ਤਾਂ ਆਪਾਂ ਸਿੱਧੇ ਆਪਣੇ ਸਰਕਾਰ ਬਣਾ ਕੇ ਫਿਰ ਆਪਾਂ ਨਜ਼ਾਰਾ ਲਿਆ ਦਾਂਗੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬਠਿੰਡੇ ਵਾਲਾ ਨਜ਼ਾਰਾ ਆਜੂਗਾ, ਗੱਡੀ ਮੈਂ ਤੁਹਾਨੂੰ ਦੱਸਾਂ, ਆ ਤੁਸੀਂ ਸਾਡਾ ਰੋਕਿਆ, ਆ ਟੋਪੀ ਵਾਲੇ ਦੇ ਮਗਰ ਲੱਗ ਗਏ ਸਾਡੀ, ਵਧੀਆ ਸਪੀਡ ਨਾਲ ਗੱਡੀ ਚੱਲ ਪਈ ਸੀ, ਬ੍ਰੇਕਾਂ ਲਾ ਦੀਆਂ ਤੁਸੀਂ ਸਾਰੀਆਂ। ਅੱਛਾ ਹੁਣ ਉਹ ਦਿੱਲੀ ਹੋ ਤਾਂ ਪਤਾ ਨਹੀਂ ਕਿੱਧਰ ਗਾਇਬ ਗੁਬ ਹੋ ਗਏ, ਹੁਣ ਸਟਾਰਟ ਸ਼ੂਟ ਫਿਰ ਤੋਂ ਗੱਡੀ ਕੀਤੀ ਹੈ, ਤੇ ਹੁਣ ਪਾਰਲੀਮੈਂਟ ਪੂਰੀ ਸਪੀਡ ਦੱਬ ਜਾਓ, ਜਿਸ ਸਪੀਡ ਨਾਲ ਮਤਲਬ ਆਪਾਂ ਅਗਲੇ ਅਸੈਂਬਲੀ ਵੀ ਪਾਰਲੀਮੈਂਟ ਦੀ ਸਪੀਡ ਫੜ ਲਈ ਨਾ ਤੁਸੀਂ 9-13 ਦੀ ਸੀਟਾਂ ਸਿੱਟਾਂ ਜਿੱਤ ਕੇ, ਫਿਰ ਗੱਡੀ ਨੂੰ ਨਹੀਂ ਰੋਕ ਸਕਦਾ, ਫਿਰ ਤਾਂ ਆਪਣਾ ਟੱਪ ਜਾਂਗੇ ਸਿੱਧੇ ਨਾਲ। ਤੇ ਇਸ ਕਰਕੇ ਚਹਿਲ ਸਾਹਿਬ ਬਹੁਤ ਬਹੁਤ ਧੰਨਵਾਦ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਭਰਾਵਾਂ ਵਾਂਗੂ ਰੱਖਾਂਗੇ, ਪਰਿਵਾਰ ਵਾਂਗੂ ਰੱਖਾਂਗੇ, ਕੋਈ ਕੰਮ ਹੋਏ ਤਕਲੀਫ ਹੋ 40 ਮਿੰਟ ਦੂਰ ਹੈ ਆ ਜਾਓ, ਬਹੁਤ ਕੋਈ ਤਕਲੀਫ ਨਹੀਂ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੋਰੰਜਨ ਭਰਪੂਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਆਫੀਸ਼ੀਅਲ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।